नमस्कार मैं हूं रवि सिंह मैं आपको लेकर आया हूं आज उधमपुर रठियान और रूपनगर में साथ ही लगता नेशनल हाईवे है ये लेकिन मैं आपको ये बताना चाहूँगा पहले कि इकतीस तारीख को इसी रूपनगर में चोरों द्वारा एक घर को निशाना बनाया जाता है जेवरात चोर लेकर फरार हो जाते हैं पहले मैं घर की आपको बता दूं कि ये घर बनाऊंगा ये इस घर में चोरी हुई थी इकत्तीस तारीख को ये मकान है है इसके अंदर फैमिली रहती है पूरी की पूरी लेकिन चोर अंदर दीवार फांद कर अंदर गए हैं लेकिन यहाँ पर मेरे साथ प्रेक्षक जी हैं वो भी इसी एरिए में साथ ही उनका भी घर बना हुआ है यहाँ पे उन्होंने भी अपना आशियाना बनाया हुआ है लेकिन मैं प्रेषित जी से पूछना चाहूँगा पूरी जानकारी पहले इनसे लेना चाहूँगा और उसके बाद मैं भी आपको बताऊँगा कि किस तरह से चोरों द्वारा चोरी की गई है प्रेक्षक जी आपका वीरा चैनल में स्वागत है सर बताएँ कि दिन ब दिन चोरियाँ बढ़ती जा रही हैं नंबर एक नंबर दो नेशनल हाईवे है और इसके साथ रूपनगर एक बहुत बड़ा एरिया बना है काफ़ी लोगों के मकान यहाँ पे बने हुए हैं काफ़ी अच्छे लोग यहाँ पर रहते हैं लेकिन चोरों द्वारा जिस तरह से चोरी की गई है क्या कहेंगे इसके बारे में आपका भी घर साथ ही रहता है रवि जी पहले तो अड़े शुक्रगुजार गुज़ार कि जिन्हिया भी चोरिया शहर तो सुने उजागर करने की कोशिश करा दे और किश आ बिचा बरामद भी हो दी ਔਰ ਤੇਰਾ ਤੋੜਾ ਜਿਹੜਾ ਇਹਦੇ ਚ ਬਹੁਤ ਵੱਡਾ ਯੋਗਦਾਨ ਹੈ ਕਿ ਇਹ ਜਿਹੜਾ ਨੈਸ਼ਨਲ ਹਾਈਵੇ ਹੈ ਇਹਦੇ ਕੰਢੇ ਤੁਸੀਂ ਇਹ ਕੋਈ ਅੱਜ ਦੀ ਵਾਰਦਾਤ ਨਹੀਂ ਹੈ ਕਿ ਅੱਜ ਕੈਂਡਰ ਚੋਰੀ ਹੋਈ ਇਹ ਤਕਰੀਬਨ ਕੋਈ 2-3 ਸਾਲ ਹੋਈ ਏ ਇਸ ਸਿਸਲੇ ਚੱਲਦਾ ਹੈ ਚਾਹੇ ਉਹ ਕੋਈ ਟਰੱਕਾਂ ਵਾਲੇ ਜਿਹੜਾ ਟਰੱਕ ਖੜੇ ਰਹੀ ਜਾਂਦੇ ਜਾਂ ਸੌਂਦੇ ਕੋਈ ਰੈਸਟ ਕਰਦੇ ਉਹਦੇ ਟੈਂਕੀਆਂ ਖਾਲੀ ਹੋ ਜਾਂਦੀਆਂ ਬੈਟਰੀਆਂ ਕੱਢੀ ਜਾਂ ਲੈਂਦੇ ਸਾਡਾ ਆਪਣਾ ਜਿਹੜਾ ਆ ਇਥੋਂ ਸਾਡੇ 12 ਮੇਰੀ ਗੱਡੀਆਂ ਬੈਟਰੀਆਂ 2-3 ਵਾਰੀ ਚੋਰੀ ਹੋਈਆਂ ਆ ਤੇਲ ਗੱਡੀਆਂ ਚੋਰੀ ਹੋਈ ਆ ਜਾਂ ਕਈ ਵਾਰੀ ਟੂਰਿਸਟ ਆਉਂਦੇ ਉਥੇ ਸਾਡੇ ਕੋਲ ਰੁਕਦੇ ਮੰਦਰ ਵੀ ਆਇਆ ਕਰਨਾ ਉਹਦੀਆਂ ਗੱਡੀਆਂ ਚ ਆ ਸ਼ੀਸ਼ੇ ਪੰਨੀ ਆ ਉਹਦੇ ਵਿੱਚ ਆ ਸਮਾਨ ਗੱਡੀਆਂ ਲੈ ਜਾਂਦੇ ਜਾਂ ਪਿਛਲੇ ਦਿਨ ਤੁਸੀਂ ਦੇਖਿਆ ਹੋਣਾ ਇੱਥੇ ਘਰ ਅੰਦਰ ਬੜੀ ਏ ਇੱਕ ਵਾਰੀ ਦਿਨੇ ਦਵਾਰੀ ਗਾ ਲੋ ਅੰਦਰ ਘਰ ਸਾਰੇ ਬੈਠੇ ਔਰ ਦਿਨੇ ਦਵਾਰੀ ਚੋਰੀ ਹੋਈ ਉਹਦੇ ਘਰ ਰਿੰਗ ਸਰਮਣੀ ਹੀ ਉਹ ਆਪਣਾ ਇੱਥੇ ਗਏ ਆਪਣਾ ਸਮਰਾ ਟੋਟਲ ਗਏ ਘਰ ਆਲੇ ਤੇ ਪਿਛੋਂ ਸਮਾਨ ਕੇ ਸਾਰਾ ਗੱਡੀਆਂ ਲਈਏ ਉਹਦੇ ਕਹਿੰਦੇ ਕਿ ਸਾਡੀਆਂ ਜੱਜ ਸਾਹਿਬ ਨੇ ਇੱਕ ਉਹਦੇ ਘਰ ਪਿਛਲੇ ਦਿਨ ਚੋਰੀ ਹੋਈ ਇੱਕ ਸਾੜੇ ਰਮਾਲ ਸਿੰਘ ਹੋਰ ਨੰਦ ਦੇ ਬ੍ਰਦਰ ਦਾ ਮੋਟਰਸਾਈਕਲ ਕੱਢੀ ਆ ਲਈਏ ਇਹ ਵੀ 31 ਤਰੀਕ ਨੂੰ ਦਾ ਜਿਹੜਾ ਮੋਟਰਸਾਈਕਲ ਹਾਂਜੀ ਆ ਮੋਟਰਸਾਈਕਲ ਆਲਾ ਵੀ ਉਸੇ ਦਿਨ ਇੰਦਾ ਘਰ ਹੈ ਅੰਦਰ ਸਾਡੇ ਬਜ਼ੁਰਗ ਨੇ ਸਾਡੇ ਕੇ ਆਪਣੇ ਪਿਛਾਂ ਇੱਕੇ ਗ੍ਰਾਂ ਸਾੜਾ ਇੱਕੇ ਪਰਿਵਾਰ ਇੱਥੇ ਵੀ ਇੱਕੇ ਗ੍ਰਾਂਚ ਰਵਾਨਿਆ ਰਠਿਆਣ ਚ ਔਰ ਅੰਦਰ ਸੌਣੇ باوجود ਅੰਦਰ ਸੁੱਤੇ ਔਰ ਬੱਚੇ ਵੀ ਅੰਦਰ ਉਹਦੇ باوجود ਵੀ ਇੰਨੀ ਉਹਦੀ ਦਲੇਰੀ ਦਿਖੋ ਚੋ ਰਹੀ ਔਰ ਅੰਦਰਾਈ ਆਂਦੀਆਂ ਕੁੰਡੀਆਂ ਬੰਦ ਕਰੋੜੀਆਂ ਜਿਸ ਕਮਰੇ ਚ ਸੁੱਤੇ ਔਰ ਦੂਗਾ ਕਮਰਾ ਦੋ ਲਮਾਰੀਆਂ ਪੜਨੀਆਂ ਪੂਰਾ ਸਮਾਨ ਲੱਖਾਂ ਰੁਪਏ ਦਾ ਸਮਾਨ ਜੇਕਾ ਚੋਰੀ ਕਰੀ ਲਈ ਹੈ ਔਰ ਮੇਰੀ ਗੁਜਾਰਿਸ਼ ਹੈ ਪੁਲਿਸ ਕੰਨ ਹੈ ਕਿ ਆਸ ਵੀ ਆਪਣੇ ਤੌਰ ਉਪਰ ਇਨਵੈਸਟੀਗੇਸ਼ਨ ਕਰਾਂ ਨਿਆਂ ਦੀ ਜਿੱਥੇ ਜਿੱਥੇ ਕੈਮਰੇ ਲੱਗੇ ਲੇਕਿਨ ਪੁਲਿਸ ਕੀ ਵੀ ਚਾਹੀਦਾ ਥੋੜਾ ਯਾ ਸਤਰਕ ਹੋਣਾ ਚਾਹੀਦਾ ਕਿ ਅਗਰ ਸੈਂਕੜੇ ਸੱਪਣੇ ਚੋਰੀਆਂ ਹੋਈਆਂ ਚਲੋ ਇੱਕ ਅੱਧੀ ਚੋਰੀ ਹੋਈ ਤਾਂ ਇਨਾ ਯਾ ਕੋਈ ਫਰਕ ਨਹੀਂ ਪਉਂਦਾ ਲੇਕਿਨ ਰੋਜ਼ ਚੋਰੀ ਹੋ ਆਦੀ 31 ਤਰੀਕ ਚੋਰੀ ਹੋਈ 30 ਪਹਿਲੀ ਤਰੀਕ ਵੀ ਚੋਰੀ ਹੋਈ 30 ਤਰੀਕ ਵੀ ਚੋਰੀ ਹੋਈ ਪਹਿਲੀ ਤਰੀਕ ਵੀ ਚੋਰੀਆਂ ਹੋ ਆਉਂਦੀਆਂ 30 ਤਰੀਕ ਆਲਾ ਤੁਸ ਨਗਰੋਟਾ ਦਾ ਸਾਦੇ 31 ਤਰੀਕ ਇੱਥੇ ਹੋਈ ਪਹਿਲੀ ਤਰੀਕ ਦੁਬਾਰਾ ਟੋੜਾ